ਸਾਸਿਕਾ ਜੀ ਕਿਵੇਂ ਹੋ ਠੀਕ ਠਾਕ ਹੋ ਕਾਇਮ ਹੋ ਬਹੁਤ ਦਿਨ ਹੋ ਗਏ ਤੁਹਾਨੂੰ ਸਾਡੀ ਵੇਟ ਕਰਦਿਆਂ ਨੂੰ ਤੇ ਹੋਪ ਕਰਦੇ ਹਾਂ ਯਾਰ ਵੀ ਅਸੀਂ ਰੈਗੂਲਰ ਹੁੰਦੇ ਹਾਂ ਪਰ ਹੋਇਆ ਨਹੀਂ ਜਾਂਦਾ ਕਿਉਂਕਿ ਥੋੜ੍ਹੇ ਜਿਹੇ ਬਿਜ਼ੀ ਚੱਲ ਰਹੇ ਹਾਂ ਕੰਮ ਨੂੰ ਲੈ ਕੇ ਹੈ ਨਾ ਥੋੜ੍ਹੇ ਤਾਂ ਕਰਕੇ ਬਿਜ਼ੀ ਹਾਂ ਅਤੇ ਇੱਕ ਅੱਜ ਅੱਗੇ ਤੁਹਾਨੂੰ ਬਲੌਗ 'ਚ ਮੈਂ ਟਾਈਟਲ ਤੋਂ ਪਤਾ ਲੱਗ ਕੇ ਗਿਆ ਹੋਣਾ ਵੀ ਆਪਾਂ ਕੰਮ ਸ਼ੁਰੂ ਕਰ ਲਿਆ ਹੈ ਅਤੇ ਆਪਣਾ ਆਫਿਸ ਖੁੱਲ੍ਹ ਚੁੱਕਿਆ ਹੈ ਖੰਨੇ ਜੀ ਡੀ ਵੀ ਮਾਰਕੀਟ 'ਚ ਗ੍ਰੇ ਮੈਟਰ ਦੇ ਜਮੇ ਸਾਹਮਣੇ ਇੱਧਰਲੀ ਸਾਈਡ ਜਦੋਂ ਆਪਾਂ ਬੱਸ ਸਟੈਂਡ ਦੇ ਨਾਲੇ ਗਲੀ ਮੁੜਦੀ ਆਪਣੀ ਉੱਥੇ ਆ ਅਤੇ ਮੈਂ ਹੁਣ ਉੱਥੇ ਹੀ ਚੱਲੇ ਹਾਂ ਕਿਉਂਕਿ ਅੱਜ ਹੈਗਾ ਸੁਖਨੀ ਸਾਹਿਬ ਦਾ ਪਾਠ ਅਤੇ ਅੱਜ ਤੋਂ ਸ਼ੁਰੂਆਤ ਕਰਨਾ ਹੀ ਆ ਕੰਮ ਦੀ ਠੀਕ ਆ ਵੈਸੇ ਤਾਂ ਟਾਈਮਿੰਗ 7 ਵਜੇ ਸੀ ਮੈਂ ਲੇਟ ਹੋ ਗਿਆ ਥੋੜ੍ਹਾ ਜਿਹਾ 7 ਵਜੇ ਪਹੁੰਚਣੀ ਸੀ ਉੱਥੇ ਅਤੇ ਬਾਕੀ ਅੱਗੇ ਅੱਗੇ ਤੁਹਾਨੂੰ ਆਪਾਂ ਜਾ ਕੇ ਆਫਿਸ ਦਿਖਾਵਾਂਗੇ ਠੀਕ ਆ ਅਤੇ ਕਿਹਨੇ ਕਿਹਨੇ ਵੇਟ ਕੀਤੀ ਸਾਡੀ ਵੈਸੇ ਤਾਂ ਮੋਸਟਲੀ ਸਾਰਿਆਂ ਨੇ ਕਰੀ ਹੋਣੀ ਆ ਠੀਕ ਆ ਬਹੁਤ ਕਮੈਂਟ ਵੀ ਆਏ ਸੀਗੇ ਮੈਸੇਜ ਵੀ ਆਏ ਸੀ ਵੀ ਤੁਸੀਂ ਬਲੌਗ ਕਿਉਂ ਨਹੀਂ ਪਾਉਂਦੇ ਉਹ ਵੀ ਅਸੀਂ ਦੱਸਾਂਗੇ ਕਿਉਂ ਨਹੀਂ ਪਾਉਂਦੇ ਵੇਟ ਥੋੜ੍ਹਾ ਟਾਈਮ ਵੇਟ ਕਰ ਲਓ ਸਭ ਕੁਝ ਦੱਸਾਂਗੇ ਕਿਉਂ ਨਹੀਂ ਬਲੌਗ ਪਾਉਂਦੇ ਸੀ ਕਿਉਂ ਲੇਟ ਹੋ ਰਹੇ ਨੇ ਅਤੇ ਬਲੌਗ ਬਣਾਉਂਦੇ ਹਾਂ ਯਾਰ ਇੱਕ ਦੋ ਬਣਾਏ ਵੀ ਸੀਗੇ ਪਰ ਉਹ ਥੋੜ੍ਹਾ ਜਿਹਾ ਇਸ਼ੂ ਕਰਕੇ ਨਾ ਕੋਈ ਤਾਂ ਕਰਕੇ ਨਹੀਂ ਪਾ ਸਕੇ ਠੀਕ ਆ ਇੱਕ ਵਿੱਚ ਤਾਂ ਯਾਰ ਪੂਰੇ ਨਹੀਂ ਹੁੰਦੇ ਸੀਗੇ 2-3 ਬਲੌਗ ਬਣਾਏ ਨੇ ਜ਼ਿਆਦਾ ਨਹੀਂ ਬਣਾਏ ਹੈਗੇ ਅਸੀਂ ਕਿਉਂਕਿ ਕੰਮ ਹੈ ਸਾਡਾ ਇੱਦਾਂ ਦਾ ਜੋ ਟਾਈਮ ਹੀ ਨਹੀਂ ਲੱਗਦਾ ਹੈਗਾ ਅਤੇ ਹੁਣ ਹੌਲੀ ਹੌਲੀ ਰੈਗੂਲਰ ਹੋਣ ਦੀ ਕੋਸ਼ਿਸ਼ ਕਰਦੇ ਹਾਂ ਵੀ ਜਲਦੀ ਜਲਦੀ ਰੈਗੂਲਰ ਹੋਈਏ ਤੁਹਾਨੂੰ ਸੋਹਣੇ ਸੋਹਣੇ ਬਲੌਗ ਦਈਏ ਬਾਕੀ ਚਲੋ ਜੀ ਆਪਾਂ ਹੁਣ ਚੱਲਦੇ ਹਾਂ ਕੀ ਕੰਮ ਆ ਕੀ ਕਰਦੇ ਹਾਂ ਉਹ ਤੁਹਾਨੂੰ ਅੱਜ ਦਿਖਾਈ ਦੇਵਾਂਗੇ ਥੋੜ੍ਹਾ ਜਿਹਾ ਠੀਕ ਆ ਬਾਕੀ ਕਾਹਦਾ ਆਫਿਸ ਖੋਲ੍ਹਿਆ ਉਹ ਵੀ ਤੁਹਾਨੂੰ ਅੱਜ ਪਤਾ ਲੱਗ ਜੂਗਾ ਕਿਉਂਕਿ ਜਾ ਕੇ ਮੈਂ ਦਿਖਾਉਣਾ ਤੁਹਾਨੂੰ ਆਫਿਸ ਆ ਅਤੇ ਠੀਕ ਆ ਸ਼ੁਰੂਆਤ ਕਰਨ ਲੱਗਿਆ ਕੰਮ ਦੀ ਹੋਪ ਕਰਦੇ ਹਾਂ ਰੱਬ ਮਿਹਰ ਕਰੂਗਾ ਬਾਕੀ ਤੁਸੀਂ ਤਾਂ ਪਿਆਰ ਦਿੰਦੇ ਰਹਿੰਦੇ ਹੋ ਤੁਸੀਂ ਹੋਰ ਵੀ ਪਿਆਰ ਦਿਓ ਠੀਕ ਆ ਬਾਕੀ ਮਿਲਦੇ ਉਹਨਾਂ ਟਾਈਮ ਤੁਸੀਂ ਕਰ ਲਓ ਚੈਨਲ ਸਬਸਕ੍ਰਾਈਬ ਜਿੰਨਾ ਟਾਈਮ ਮੈਂ ਪਹੁੰਚਦਾ ਖੰਨੇ ਮਿਲਦੇ ਹਾਂ ਜੀ। ਪਹੁੰਚ ਗਏ ਅਤੇ ਹੁਣ ਆਪਾਂ ਚੱਲੀਏ ਅੰਦਰ ਠੀਕ ਆ ਫਿਰ ਮਿਲਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਸਾਡਾ ਆਫਿਸ ਫਿਰ ਕਰਦੇ ਹਾਂ ਗੱਲਾਂ ਬਾਤਾਂ। ਸਾਚੇ ਸਾਹਿਬ ਲਓ ਜੀ ਆ ਜੀ ਸਾਡਾ ਦਫ਼ਤਰ ਆਫਿਸ ਸੋ ਫਾਈਨਲੀ ਤਿਆਰ ਹੋ ਚੁੱਕਿਆ ਇੱਥੇ ਸਨੀ ਮੈਂ ਬੈਠਿਆ ਕਰਾਂਗੇ ਅਤੇ ਕਰਦੇ ਹਾਂ ਕੰਮ ਸਟਾਰਟ ਅੱਜ ਤੋਂ ਹੀ ਜ਼ਰੂਰ ਪਹੁੰਚਿਓ ਸਾਰੇ ਜਾਣੇ ਆਇਓ ਵੀਜ਼ਾ ਲਵਾਇਓ ਅਤੇ ਕਨੇਡਾ ਆਸਟ੍ਰੇਲੀਆ ਜਾਇਓ ਮਿਲਦੇ ਹਾਂ ਜੀ ਬਸ ਫਿਰ ਬਾਅਦ 'ਚੋਂ ਇੱਧਰ ਹਲੇ ਕੰਮ ਰਹਿੰਦਾ ਸਾਡਾ ਇਹ ਬਾਅਦ 'ਚ ਕਰਾਂਗੇ ਅਤੇ ਵੈਸੇ ਹੁਣ ਕੁਰਸੀਆਂ ਕੁਰਸੀਆਂ ਲਾ ਤੀਆਂ ਅਤੇ ਸੋਫੇ ਸੂਫੇ ਲਾਉਣੇ ਆ ਹਲੇ ਉਹ ਬਾਅਦ 'ਚ ਲਾਵਾਂਗੇ ਅਤੇ ਉੱਧਰ ਆਪਣਾ ਫਾਈਨਲ ਆ ਸਾਰਾ ਨੀਚੇ ਵੀ ਹਲੇ ਰਹਿੰਦਾ ਇਹ ਹੈ ਜੀ ਇੱਥੇ ਪੈਂਦੀ ਆਪਣੀ ਆਹ ਗ੍ਰੇ ਮੈਟਰ ਆ ਗਿਆ ਅਤੇ ਇੱਥੇ ਆਪਣਾ ਏਮ ਆ ਗਿਆ ਇੱਧਰੋਂ ਆ ਜਾ ਜੋ ਚਾਹੇ ਇੱਧਰੋਂ ਆ ਜਾਓ ਹਾਂਜੀ ਅਤੇ ਇੱਥੇ ਸਨੀ ਵੀ ਰਹੇਗਾ ਕੰਮ ਕੁੰਮ ਕਰਾਉਣ ਨੂੰ ਜਿਹੜਾ ਮਾੜਾ ਮੋਟਾ ਰਹਿੰਦਾ ਹਜੇ ਪ੍ਰੋਪਰ ਕਿਆ ਥੋੜ੍ਹੇ ਦਿਨਾਂ ਤੱਕ ਕਰਦੇ ਹਾਂ ਅਤੇ ਵੈਸੇ ਤਾਂ ਸਾਰਾ ਕੁਛ ਹੋ ਗਿਆ ਸਟਾਰਟਿੰਗ ਹੋ ਚੁੱਕੀ ਆ ਖੰਨੇ ਜੀ ਟੀ ਵੀ ਮਾਰਕੀਟ ਆਪਣਾ ਏਮ ਇੰਟਰਨੈਸ਼ਨਲ ਅਤੇ ਬਾਕੀ ਆਸਟ੍ਰੇਲੀਆ ਕੈਨੇਡਾ ਵਾਲੇ ਜ਼ਰੂਰ ਪਹੁੰਚਿਓ ਵੀਜ਼ਾ ਲੈ ਕੇ ਜਾਇਓ ਠੀਕ ਆ ਪਹਿਲਾਂ ਮਤਲਬ ਜਿਹਨੇ ਲਗਾਉਣੀ ਆ ਇੱਕ ਵਾਰ ਮੈਨੂੰ ਫੋਨ ਕਰ ਲੈਣ ਜਾਂ ਮੈਸੇਜ ਕਰ ਲੈਣ ਇੰਸਟਾਗ੍ਰਾਮ 'ਤੇ ਠੀਕ ਆ ਦੱਸ ਕੇ ਆ ਜਾਣ
ਠੀਕ ਆ ਅਤੇ ਜ਼ਿਆਦਾ ਵਧੀਆ ਹੋਊਗਾ ਕਿਉਂਕਿ ਫਿਰ ਯਾਦ ਰਹਿੰਦਾ ਵੀ ਯਾਰ ਮੈਨੂੰ ਦੱਸ ਕੇ ਆਏ ਸੀਗੇ ਤੋ ਜਲਦੀ ਤੁਹਾਨੂੰ ਮਿਲਿਆ ਜਾਊਗਾ ਅਤੇ ਤੁਹਾਡੀਆਂ ਫਾਈਲਾਂ ਜਲਦੀ ਪ੍ਰੋਸੈਸ 'ਚ ਕਰਵਾਈਆਂ ਜਾਣਗੀਆਂ ਅਤੇ ਹੋਪ ਕਰਦੇ ਹਾਂ ਵੀ ਰੱਬ ਮਿਹਰ ਭਰਿਆ ਹੱਥ ਰੱਖੇ ਸਾਡੇ 'ਤੇ ਇੱਦਾਂ ਹੀ ਸਾਡੇ ਕੰਮ ਅੱਗੇ ਅੱਗੇ ਵਧੀ ਜਾਣ ਚੱਲੀ ਜਾਣ ਹੈ ਨਾ ਅਤੇ ਹੁਣ ਮੈਂ ਚੱਲਿਆ ਘਰ ਨੂੰ ਅਤੇ ਥੋੜ੍ਹਾ ਕੰਮ ਆ ਇੱਥੇ ਸਨੀ ਵੀਰਾ ਹੈਗਾ ਅਤੇ ਉਹਨੇ ਕਰਾ ਲੈਣਾ ਆਪਾਂ ਜੋ ਕਰਾਉਣਾ ਅਤੇ ਆਪਾਂ ਹੁਣ ਚੱਲੀਏ ਘਰ ਨੂੰ ਅਤੇ ਕੰਮ ਆ ਥੋੜ੍ਹਾ ਜਿਹਾ ਨਿਬੇੜੀਏ ਜਾ ਕੇ ਲਵਪ੍ਰੀਤ ਵੀ ਮੈਨੂੰ ਲੱਗਦਾ ਤਿਆਰ ਹੋਊਗੀ ਜਾਣਾ ਅੱਜ ਅਸੀਂ ਸੋ ਬਾਕੀ ਹੁਣ ਮੈਂ ਮਿਲਦਾ ਤੁਹਾਨੂੰ ਗਾਹਾਂ ਜਾ ਕੇ ਅਤੇ ਨਹੀਂ ਰਸਤੇ 'ਚ ਨਹੀਂ ਘਰ ਜਾ ਕੇ ਮਿਲੂੰਗਾ ਬਾਕੀ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਕੀਤਾ ਨਹੀਂ ਨਾ ਕਰ ਲਿਆ ਕਰੋ ਯਾਰ ਮੈਂ ਰੈਗੂਲਰ ਹੋਣ ਦੀ ਕੋਸ਼ਿਸ਼ ਕਰ ਰਿਹਾ ਜਲਦੀ ਹੋਵਾਂਗੇ ਅਤੇ ਇਹ ਵੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਵੀ ਅਸੀਂ ਕਿਉਂ ਨਹੀਂ ਵੀਡੀਓ ਪਾ ਰਹੇ ਸੀ ਹੈ ਨਾ ਕੀ ਕਰਦੇ ਪਏ ਇਹੋ ਜਿਹਾ ਸਾਰਾ ਕੁਝ ਦੱਸਾਂਗੇ ਜਲਦੀ ਦੱਸਾਂਗੇ ਮਿਲਦੇ।